ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦਨ ਸਿਮਰਾ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦੁਰ ਸਿਮਰੀਏ ਘਰ ਨਾ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਜੀ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹੀਓ ਜੀ ਕੇ ਆਤਮਿਕ ਸਵਰੂਪ ਤਖ਼ਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਬ ਕਲਾਂ ਭਰਪੂਰ। ਸਭ ਥਾਈ ਹੋਏ ਸਹਾਏ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਗੁਰੂ ਸਾਹਿਬ ਜੀ ਕੇ ਚਾਰ ਸਾਹਿਬਜ਼ਾਦੇ ਸਿੰਘਾਂ ਸਰਬੱਤ ਸ਼ਹੀਦਾਂ ਸਿੰਘਾਂ ਕੀ ਕਮਾਈ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਜੀ। ਸਮੂਹ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਿਆਵੈ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਗੁਰੂ ਖਾਲਸਾ ਜੀ ਕੈ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਾਹਤ ਦਾਨ, ਵਿਵੇਕ ਦਾਨ, ਗੁਰਮਤ ਦਾਨ, ਵਸਾਹ ਦਾਨ, ਭਰੋਸਾ ਦਾਨ, ਸਿਰਦਾਨਾ ਕੇ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਹੋ ਕੇ ਦਰਸ਼ਨੀ ਇਸ਼ਨਾਨ, ਚਮਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜਾਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਾਤਾ ਸਾਹਿਬ ਦੇਵਾਂ ਜੀ, ਹੇ ਅਕਾਲ ਪੁਰਖ ਵਾਹਿਗੁਰੂ। ਗੁਰੂ ਗਰੀਬ ਨਿਵਾਜ ਜੀ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਮੂਹ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਮਹਾਰਾਜ। ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦੋ ਸਿੰਘ ਆਪ ਦੇ ਪਵਿੱਤਰ ਅਸਥਾਨਾਂ 'ਤੇ ਆਪ ਜੀ ਦਾ ਗੁਰੂ ਕਲਗੀਧਰ ਪਿਤਾ ਜੀ ਆਪ ਜੀ ਦਾ ਸਾਜਿਆ ਨਿਵਾਜਿਆ ਸਮੂਹ ਗੁਰੂ ਖਾਲਸਾ ਪੰਥ ਸਿੱਖ ਸੰਗਤਾਂ ਆਪ ਜੀ ਕੀ ਪਾਵਨ ਹਜ਼ੂਰੀ ਵਿਖੇ ਹਾਜ਼ਰ ਹੋਏ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਕੀ ਪਵਿੱਤਰ ਬਾਣੀ ਸ੍ਰੀ ਮੁੱਖ ਵਾਕ ਬਾਣੀ ਸੱਚੇ ਪਾਤਸ਼ਾਹ ਸ੍ਰੀ ਸਰਵਲੋ ਪ੍ਰਕਾਸ਼ ਜੀ ਦੇ ਸੱਚੇ ਪਾਤਸ਼ਾਹ ਜੀ ਸ਼ਬਦ ਅਰਥ ਬੋਧ ਸਮਾਗਮ ਪ੍ਰਾਰੰਭ ਹੋ ਰਹੇ ਨੇ। ਆਪ ਜੀ ਦੀ ਅਪਾਰ ਕਿਰਪਾ ਹੋਈ ਹੈ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਮਿਹਰ ਸਦਕਾ ਆਪ ਜੀ ਕੀ ਪਾਵਨ ਹਜ਼ੂਰੀ ਵਿਖੇ ਸੱਚੇ ਪਾਤਸ਼ਾਹ ਜੀ ਗਿਆਨੀ ਸਿੰਘ, ਵਿਦਿਆਰਥੀ ਸਿੰਘ, ਗੁਰਮੁਖ ਪਿਆਰੇ ਹਾਜ਼ਰ ਹੋਏ ਨੇ। ਸੱਚੇ ਪਾਤਸ਼ਾਹ ਜੀ ਆਪ ਜੀ ਮਿਹਰ ਕਰੋ, ਕਿਰਪਾ ਕਰੋ, ਆਗਿਆ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜੀ ਆਪਣਾ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਸੱਚੇ ਪਾਤਸ਼ਾਹ ਜੀ ਬਲਬੁੱਧੀ ਬਖਸ਼ ਕੇ, ਸਰਧਾ ਭਾਵਨਾ ਬਖਸ਼ ਕੇ ਆਪਦੇ ਪਵਿੱਤਰ
ਅੰਮ੍ਰਿਤਮਈ ਸੱਚੇ ਪਾਤਸ਼ਾਹ ਜੀ ਸ੍ਰੀ ਮੁੱਖ ਵਾਕ ਬਾਣੀ ਸ੍ਰੀ ਸਰਬਲੋ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਸ਼ਬਦ ਅਰਥ ਬੋਧ ਸਮਾਗਮ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਣੀ ਆਪ ਅੰਗ ਸੰਗ ਸਹਾਈ ਹੋ ਕੇ ਬੋਧ ਬਖਸ਼ਿਸ਼ ਕਰਨਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਆਪਦੇ ਗੁਰੂ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾ ਬਖਸ਼ਣੀ ਆਪਦੇ ਖਾਲਸੇ ਪੰਥ ਵਿੱਚ ਏਕਤਾ ਪਿਆਰ ਇਤਫਾਕ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਗਰੀਬ ਨਿਵਾਜ ਆਪ ਜੀ ਕੀ ਪਾਵਨ ਹਜ਼ੂਰੀ ਵਿਖੇ ਸੱਚੇ ਪਾਤਸ਼ਾਹ ਜੀ ਸ੍ਰੀ ਸਰਬਲੋ ਬਾਣੀ ਜੀ ਦੇ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਸ਼ਬਦ ਅਰਥ ਬੋਧ ਅਰੰਭਤਾ ਜੀ ਕੀ ਅਰਦਾਸ ਆਪ ਜੀ ਕੀ ਪਾਵਨ ਹਜ਼ੂਰੀ ਵਿਖੇ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਆਪ ਜੀ ਨੂੰ ਭੋਗ ਲੱਗੇ ਆਪ ਜੀ ਕਾ ਸੀਤ ਪ੍ਰਸਾਦ ਆਪ ਜੀ ਕੀ ਸੰਗਤ ਕੋ ਵਰਤੇ ਹੁਕਮਨਾਮੇ ਬਖਸ਼ ਕੇ ਪਰ ਅਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੋ ਜੀ ਆਪਦੇ ਦਰੇ ਆਵੇ ਸੋ ਅਨੰਦ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚੇਤੇ ਆਵੇ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਗਾਰਾ ਬੁਲਾਵੇ ਸੋ ਨਿਹਾਲੋ ਜਾਵੇ ਗੁਰਬਾਰਾ ਅਕਾਲ ਜਿੱਤਿਆ ਬਾਜਾਂ ਵਾਲ ਸਤਿਗੁਰੁ ਰੱਖ ਲਿਓ ਅੰਮ੍ਰਿਤ ਬਾਣੇ ਦੀ ਲਾਗ ਵਿਦੋਗ ਵਿਦੋਗ ਸ਼ਹੀਦ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਤੇਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਕੇ ਜੀ ਕਰੇ ਗਿਆਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਜਾਵੇ ਸਰਵਲੋ ਜੀ ਨੂੰ ਪਾਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਜਾਚਕ ਮੰਗੈ ਦਾਨ ਦੇਹੇ ਪਿਆਰਿਆ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਸੋ ਕਹੋ ਟਲ ਗੁਰ ਸੇਵੀ ਐਹਨ ਇਸ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਤਨਾਮ
ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਔਰ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਰਦੈ ਔਰ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਾਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹੁਰ ਕੱਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਾਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹੁਰ ਕੱਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹੈ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ। ਗਿਆਨ ਹੈ ਕੀ ਬਢਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। ਕਮਾਲੇ ਕਰਾਮਾਤ ਕਾਇਮ ਕਰੀ, ਰਜ਼ਾ ਬਖਸ਼ ਰਾਜ਼ਕ ਰਹਾ ਕੋ ਰਹੀਮ। ਅਮਾ ਬਖਸ਼ ਬਖਸ਼ਿੰਦੋ ਦਸਤਗੀਰ, ਰਜ਼ਾ ਬਖਸ਼ ਰਾਜ਼ਕ ਦੇਹੋ ਦਿਲ ਪਜ਼ੀਰ। ਸ਼ਹਿਨ ਸ਼ਾਹੇ ਖੂਬੀ ਦੇਹੋ ਰਹਿਨ ਮੂੰ, ਕਿ ਬੇਗੂੰ ਨਾ ਬੇਚੂ ਨਾ ਚੂੰ ਬੇ ਨਮੂੰ।
ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਓ ਐਸ਼ ਅਰਸ਼। ਸਤਨਾਮ ਵਾਹਿਗੁਰੂ ਸਾਹਿਬ ਜੀ। ਅਥ ਧੁਨੀਆ ਗੁਰੂ ਕਥਨੰ ਚੌਪਈ, ਅੱਗੇ ਚੱਲਾ ਰਾਜ ਸੰਨਿਆਸਾ, ਏਕ ਆਸ ਗਹਿ ਐਸ ਅਨਾਸਾ। ਅੱਗੇ ਚੱਲਾ ਰਾਜ ਸੰਨਿਆਸਾ, ਏਕ ਆਸ ਗਹਿ ਐਸ ਅਨਾਸਾ। ਤਹਿ ਇੱਕ ਰੂਮ ਧੁਨਖ ਤੋਲਾ, ਐਸ ਭਾਂਤ ਮਨ ਸੋ ਮੁਨ ਕਹਾ, ਭੂਪ ਸੈਨ ਇਹ ਜਾਤ ਨਾ ਲਹੀ, ਗਰੀਵਾ ਨੀਚ ਨੀਚ ਹੀ ਰਹੀ, ਸਗਲ ਸੈਨ ਵਾਹੀ ਮਗ ਗਈ, ਤਾ ਕਉ ਨੈਕ ਖਬਰ ਨਹੀਂ ਪਈ, ਰੂਈ ਧੁਨਖ ਤੋ ਫਿਰਤ ਨਾ ਨਿਹਾਰਾ, ਫਿਰ ਨਾ ਨਿਹਾਰਾ, ਨੀਚ ਹੀ ਗਰੀਵਾ ਰਹਾ ਵਿਚਾਰਾ, ਦੱਤ ਬਿਲੋਕ ਹੀਏ ਮੁਸਕਾਨਾ, ਖਸ਼ਟ ਗੁਰੂ ਤਿਸੀ ਕਹੋ ਜਾਨਾ, ਰੂਮ ਹੇਤ ਇਹ ਜਿਮ ਚਿਤ ਲਾਇਓ, ਸੈਨ ਗਈ ਪਰ ਸਿਰ ਨਾ ਉਚਾਇਓ, ਤੈਸੀਏ ਪ੍ਰਭ ਸੋ ਪ੍ਰੀਤ ਲਗਈਐ, ਤਬ ਹੀ ਪੁਰਖ ਪੁਰਾਤਨ ਪਈਐ, ਤੈਸੀਏ ਪ੍ਰਭ ਸੋ ਪ੍ਰੀਤ ਲਗਈਐ, ਤਬ ਹੀ ਪੁਰਖ ਪੁਰਾਤਨ ਪਈਐ। ਇਤ ਰੂਈ ਧੁਨਖਤਾ ਪੇਂਜਾਂ ਖਸ਼ਟਮੋ ਗੁਰੂ ਸਮਾਪਤੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਾਰੇ ਜਾਵੇ ਨਾਲ ਹੋ ਜਾਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਆਇਆ ਤਾਕਾ ਸਫਲ ਹੈ, ਪਰ ਉਪਕਾਰੀ ਹੋਏ ਦੁਖ ਸਹਿ ਸਿਰੇ ਆਪਣੇ, ਸੁਖਦਾਈ ਸਭ ਕੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਿਸ਼ਨ ਪਾਦ ਛੰਦ ਕਮੋਦਾ
ਪੜਤ ਗੋਲਾ ਬਾਨ ਭਿਖਮ ਚਰਤ ਬੁੰਦਨ ਸਾਰ ਚੜ ਲਾਏ ਦਾਰੁਨ ਚੜਤ ਸ਼ਸਤਰਾਨ ਚੜ ਲਾਏ ਦਾਰੁਨ ਚੜਤ ਸ਼ਸਤਰਾਨ ਅਸਤਰ ਤਿਸ਼ਨ ਧਾਰ ਚੁਰਮਟ ਮਚਾ ਦੋਹੂ ਦੇਵ ਦਾਨੂ ਵਿਸ਼ਵੇਸ ਬੀਰਜ ਨਾਦ ਹੇ ਰੁਕ ਗੋ ਦਿਸਾ ਅਨ ਦਿਸਾ ਜਲ ਥਲ ਤਜਿਓ ਨਿਜ ਮਰ ਜਾਦ ਹੇ ਪਗ ਧਮਕ ਵਸੁਦਾ ਗੌਰ ਸਤਲ ਸਭ ਤਜਿਓ ਜੀਵਨ ਆਸਹੇ ਬ੍ਰਹਿਮੰਡ ਫੁਟਿਓ ਪ੍ਰਲਾਇ ਪਲਟਿਓ ਭਵ ਜਾਲ ਪ੍ਰਬਲ ਪਰਿਆਸਹੇ ਪਗ ਧਮਕ ਵਸੁਦਾ ਗੌਰ ਸਤਲ ਸਭ ਤਜਿਓ ਜੀਵਨ ਆਸਹੇ ਬ੍ਰਹਿਮੰਡ ਫੁਟਿਓ ਪਰਲਾਇ ਪਲਟਿਓ ਭਵ ਜਲ ਪ੍ਰਬਲ ਪਰਿਆਸਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗਾਰੇ ਬੁਲਾਵੇ ਨਿਹਾਲ ਹੋ ਜਾਵੇ ਸ੍ਰੀ ਸਰਬਲੋਕ ਪਰਮਾਤਮਾ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨ੍ਹਾਂ ਦੀ ਕਿਰਪਾ ਸਦਕਾ ਤਿਨ੍ਹਾਂ ਦੀ ਅਕਾਲੀ ਬਾਣੀ ਸ਼੍ਰੀ ਸਰਬਲੋਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਸ਼ੁੱਧ ਪਾਠ ਵਿਚਾਰ ਸਮਾਗਮ ਹੋ ਰਹੇ ਹਨ ਵਿਸ਼ੇਸ਼ ਕਰਕੇ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ 96 ਕਰੋੜੀ ਉਹਨਾਂ ਮਹਾਂਪੁਰਖਾਂ ਨੇ ਬੜਾ ਉੱਦਮ ਕਰਕੇ ਉਤਸ਼ਾਹ ਦੇ ਨਾਲ ਸਰਬਲੋ ਜੀ ਦੇ ਪਾਵਨ ਸਰੂਪ ਛਪਵਾਏ ਸਨ ਜੋ ਕਿ ਵੱਡੇ ਮਹਾਂਪੁਰਖ ਬਾਬਾ ਮਿਤ ਸਿੰਘ ਜੀ ਬਾਬਾ ਹਜੂਰਾ ਸਿੰਘ ਜੀ ਤਿਨ੍ਹਾਂ ਦੀ ਬੜੀ ਦਿਲੀ ਇੱਛਾ ਸੀ ਉਸ ਇੱਛਾ ਦੇ ਤਾਂ ਹੀ ਮਹਾਂਪੁਰਖ ਬਾਬਾ ਸੰਤਾ ਸਿੰਘ ਸਾਹਿਬ ਜੀ ਉਹਨਾਂ ਨੇ ਪੂਰਿਆਂ ਕੀਤਾ ਔਰ ਗੁਰੂ ਖਾਲਸਾ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀ ਚਲਾਈ ਹੋਈ ਪਰੰਪਰਾ ਦੇ ਅਨੁਸਾਰ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉਹਨਾਂ ਮਹਾਂਪੁਰਖਾਂ ਦੇ ਪੂਰਨ ਸਹਿਯੋਗ ਦੇ ਨਾਲ ਉਤਸ਼ਾਹ ਦੇ ਨਾਲ ਦਲ ਬਾਬਾ ਵਿਧੀ ਚੰਦ ਜੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਸਾਹਿਬ ਜੀ
ਤਿਨਾਂ ਦੀ ਯਤਨਾਂ ਦੇ ਨਾਲ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੱਖਣ ਸਿੰਘ ਸਾਹਿਬ ਜੀ, ਮੀਤ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ, ਤਿਨਾਂ ਦੇ ਉਪਰਾਲੇ ਦੇ ਨਾਲ ਸਮਾਧਾ ਬਾਬਾ ਨਵ ਸਿੰਘ ਜੀ ਦੇ ਅਸਥਾਨਾਂ ਦੇ ਉੱਪਰ ਹੋ ਰਿਹਾ ਹੈ। ਸਮੁੱਚਾ ਇਹ ਗੁਰੂ ਕਾ ਪੰਥ ਖਾਲਸਾ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ। ਸੋ ਆਓ ਪਹਿਲਾਂ ਜਿਵੇਂ ਪਰੰਪਰਾ ਏ ਕਿ ਪੰਜ ਵਾਰ ਮੂਲ ਮੰਤਰ ਦਾ ਜਾਪ, ਪੰਜ ਵਾਰ ਗੁਰਮੰਤਰ ਦਾ ਜਾਪ ਕਰਕੇ ਆਪਾਂ ਪਾਠ ਦੀ ਪ੍ਰਾਰੰਭਤਾ ਕਰੀਏ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਖਾਲਸਾ ਸਾਧ ਸੰਗਤ ਜੀ, ਗਿਆਨੀ ਮੋਹਨ ਸਿੰਘ ਜੀ ਜੋ ਸੱਚਖੰਡ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਹੋਏ ਨੇ, ਉਹਨਾਂ ਨੇ ਇੱਕ ਸੱਚਖੰਡ ਤਵਾਰੀਖ ਲਿਖੀ ਹੈ। ਉਸ ਸੱਚਖੰਡ ਤਵਾਰੀਖ ਦੇ ਅਨੁਸਾਰ 1764 ਬਿਕਰਮੀ ਦੇ ਵਿੱਚ
ਹਾੜ੍ਹ ਦੇ ਮਹੀਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ ਸਨ ਔਰ ਉੱਥੇ ਰਹਿ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਨਾਨਾ ਪ੍ਰਕਾਰ ਦੇ ਕੌਤਕ ਕੀਤੇ, ਆਪਣੇ ਪ੍ਰਾਤਨ ਅਸਥਾਨ ਪ੍ਰਗਟ ਕੀਤੇ ਔਰ ਉਸ ਅਸਥਾਨ ਦੇ ਉੱਪਰ ਦੁਸਹਿਰੇ ਦੇ ਪੁਰਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮਨਾਏ ਸਨ। ਸਿੰਘ ਸਾਹਿਬ ਜਥੇਦਾਰ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਵਿੱਚ ਆਪ ਜੀ ਨੂੰ ਪੁੱਛਿਆ ਸੀ ਕਿ ਗੁਰੂ ਕੇ ਪੰਥ ਖਾਲਸੇ ਨੇ ਦੁਸਹਿਰੇ ਦੇ ਉੱਪਰ ਕੀ ਕਰਨਾ ਹੈ, ਸਨਾਤਨ ਮਤ ਦੇ ਲੋਕ ਰਾਮਲੀਲਾ ਇਤਿਹਾਦਿਕ ਝਾਕੀਆਂ ਕੱਢ ਕਰਕੇ ਔਰ ਨਾਨਾ ਪ੍ਰਕਾਰ ਦੇ ਕੌਤਕ ਕਰਕੇ ਦੁਸਹਿਰੇ ਨੂੰ ਮਨਾਉਂਦੇ ਹਨ, ਆਪ ਜੀ ਦੇ ਖਾਲਸੇ ਨੂੰ ਕੀ ਹੁਕਮ ਹੈ? ਤੋ ਆਪ ਜੀ ਨੇ ਆਗਿਆ ਕੀਤੀ ਸੀ ਕਿ ਖਾਲਸਾ ਛਤਰੀ ਹੈ ਔਰ ਦੁਸਹਿਰਾ ਵੀ ਛਤਰੀਆਂ ਦਾ ਤਿਉਹਾਰ ਹੈ। ਆਪ ਜੀ ਨੇ ਦੁਸਹਿਰੇ ਮਹਾਤਮ ਦੀ ਮਰਿਆਦਾ ਵਧੀ ਔਰ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਸ਼ਸਤਰ ਪੂਜਨ ਦੀ ਰੀਤੀ ਚਲਾਈ ਸੀ, ਕਿਉਂਕਿ ਖਾਲਸੇ ਦਾ ਇਸ਼ਟ ਸ਼ਸਤਰ ਹੈ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦੀਵਾਲੀ ਨਜ਼ਦੀਕ ਆ ਰਹੀ ਹੈ, ਸਨਾਤਨੀਆਂ ਲੋਕ ਕੋਈ ਮਾਇਆ ਦੀ ਪੂਜਾ ਵਾਸਤੇ, ਕੋਈ ਲਕਸ਼ਮੀ ਦੀ ਪੂਜਾ ਵਾਸਤੇ ਨਾਨਾ ਪ੍ਰਕਾਰ ਦੀਆਂ ਤਿਆਰੀਆਂ ਕਰ ਰਹੇ ਨੇ, ਤੋ ਆਪ ਜੀ ਦੇ ਖਾਲਸੇ ਨੂੰ ਕੀ ਹੁਕਮ ਹੈ? ਤੋ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਗੁਰੂ ਕੇ ਖਾਲਸੇ ਨੇ ਮਾਇਆ ਦੀ ਨਹੀਂ ਸ੍ਰੀ ਮਾਇਆ ਦੀ ਪੂਜਾ ਕਰਨੀ ਹੈ, ਗੁਰੂ ਕੇ ਖਾਲਸੇ ਨੇ ਲਕਸ਼ਮੀ ਦੀ ਨਹੀਂ ਸ਼੍ਰੀ ਲਕਸ਼ਮੀ ਦੀ ਪੂਜਾ ਕਰਨੀ ਹੈ। ਤੋ ਪਿਆਰੇ ਦਇਆ ਸਿੰਘ ਜੀ ਨੇ ਸਵਾਲ ਕੀਤਾ ਸੀ, ਸਤਿਗੁਰੂ ਸਾਹਿਬ ਜੀ ਮੈਂ ਆਪ ਜੀ ਦੇ ਬਚਨਾਂ ਦਾ ਅਰਥ ਨਹੀਂ ਸਮਝ ਸਕਿਆ। ਤੋ ਗਲਗੀਧਰ ਪਾਤਸ਼ਾਹ ਕਹਿਣ ਲੱਗੇ, ਜਿਵੇਂ ਮਾਨਵ ਦੇ ਸੰਯੁਗਤ ਪੁਰਖ ਹੋਵੇ ਉਹਨੂੰ ਸ੍ਰੀਮਾਨ ਕਹਿ ਦਿੰਦੇ ਨੇ, ਜੋ ਮਤ ਦੇ ਸੰਯੁਗਤ ਇਸਤਰੀ ਹੋਵੇ ਉਹਨੂੰ ਸ੍ਰੀਮਤੀ ਕਹਿ ਦਿੰਦੇ ਨੇ, ਇਸੇ ਤਰ੍ਹਾਂ ਜੋ ਮਾਇਆ ਦੇ ਸਾਹਿਤ ਪਰਮੇਸ਼ਰ ਹੈ ਉਹਨੂੰ ਸ੍ਰੀ ਮਾਇਆ ਕਹਿ ਦਿੰਦੇ ਨੇ। ਸਿੱਧੇ ਲਫਜ਼ਾਂ ਵਿੱਚ ਕਿ ਖਾਲਸੇ ਨੇ ਇਕੱਲੇ ਮਾਇਆ ਦਾ ਉਪਾਸ਼ਕ ਨਹੀਂ ਬਣਨਾ, ਮਾਇਆ ਦੇ ਪਤੀ ਦੇ ਉਪਾਸ਼ਕ ਬਣਨਾ ਹੈ। ਸੋ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਪਿਆਰੇ ਦਇਆ ਸਿੰਘ ਜੀ ਨੇ, ਮਹਾਰਾਜ ਮਾਇਆ ਦੇ ਅਸਤੋਤਰ ਲਕਸ਼ਮੀ ਦੇ ਅਸਤੋਤਰ ਤੋਂ ਬਹੁਤ ਸੁਣੇ ਨੇ, ਆਪ ਜੀ ਸ੍ਰੀ ਮਾਇਆ ਦਾ ਸਤੋਤਰ ਵੀ ਸੁਣਾਓ। ਤਾਂ ਕਲਗੀਧਰ ਪਾਤਸ਼ਾਹ ਮੁਸਕੁਰਾਏ ਔਰ ਬਚਨ ਕੀਤਾ ਕਿ ਜੋ ਸ੍ਰੀ ਮਾਇਆ ਦਾ ਸਤੋਤਰ ਅਸਾਂ ਨੇ ਹੇਮਕੁੰਟ ਦੀ ਪਹਾੜੀ 'ਤੇ ਉਚਾਰਨ ਕੀਤਾ ਸੀ ਉਹ ਆਪ ਜੀ ਨੂੰ ਸੁਣਾਉਂਦੇ ਹੈ। ਸੰਪਰਦਾਇ ਗਿਆਨੀਆਂ ਦਾ ਖਿਆਲ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਦੁਸ਼ਟ ਦਮਨ ਦੇ ਸਰੂਪ ਵਿੱਚ ਸਨ ਤਾਂ ਆਪ ਜੀ ਨੂੰ ਨਿਰਗੁਣ ਸਰੂਪ ਦੇ ਦਰਸ਼ਨ ਹੋਏ ਤਾਂ ਆਪ ਜੀ ਨੇ ਹੇਮਕੁੰਟ ਦੀਆਂ ਪਹਾੜੀਆਂ 'ਤੇ ਜਾਪ ਸਾਹਿਬ ਉਚਾਰਨ ਕੀਤਾ ਸੀ, ਔਰ ਜਦੋਂ ਬੈਰਾਟ ਸਰੂਪ ਦੇ ਦਰਸ਼ਨ ਹੋਏ ਤੋਂ ਇਹ ਸ੍ਰੀ ਮਾਇਆ ਭਵਾਨੀ ਉਸਤਤ ਸ਼੍ਰੀ ਸਰਬਲੋ ਦੀ ਮੁੱਖ ਗੁਰਬਾਣੀ ਉਚਾਰਨ ਕੀਤੀ। ਸਤਿਗੁਰੂ ਸਾਹਿਬ ਜੀ ਅਜੇ ਸ੍ਰੀ ਮਾਇਆ ਉਚਾਰਨ ਕਰਨ ਹੀ ਲੱਗੇ ਸਨ ਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨੌ ਨੰਦ ਆਏ। ਉਹਨਾਂ ਨੇ ਸਤਿਗੁਰਾਂ ਨੂੰ ਆਪਣੀ ਇਮਾਨਤ ਦਿੱਤੀ, ਜਿਵੇਂ ਕਿ ਵੱਡੇ ਮਹਾਂਪੁਰਖਾਂ ਨੇ ਵੀ ਗੁਰਮੁਖ ਪ੍ਰਕਾਸ਼ ਵਿੱਚ ਬਚਨ ਲਿਖੇ ਨੇ, ਆਪਣੀ ਅਮਾਨਤ ਕੋ ਰਿਖੀਆਂ ਦੇ ਪਾਸੋਂ ਲਿਆ, ਸਰਬਲੋਹ ਬਾਣੀ ਰਚੀ ਜੋ ਵੀ ਅਬਰਾਮ ਹੈ। ਸੋ ਇਸ ਪ੍ਰਕਾਰ ਅੱਗੇ ਜਿਵੇਂ ਨੌਨੰਦਾਂ ਦੀ ਉਥਾਨਕ ਆਵੇਗੀ
ਸਮੇਂ ਦੇ ਨਾਲ ਉਹ ਵੀ ਆਪ ਸੰਗਤਾਂ ਨੂੰ ਸਰਵਣ ਕਰਵਾਈ ਜਾਵੇਗੀ। ਸੋ ਹਾਲੇ ਇੰਨਾ ਕੁ ਹੀ ਜੋ ਪਹਿਲੀ ਮੂਲ ਬਾਣੀ ਦੀ ਉਥਾਨਕਾ ਹੈ ਉਸ ਨੂੰ ਸਰਵਣ ਕਰਕੇ ਆਪਾਂ ਪ੍ਰਾਰੰਭ ਕਰੀਏ। ਔਰ ਦੂਸਰੀ ਬੇਨਤੀ ਹੈ ਵੀ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਸਾਹਿਬ ਜੀ ਉਹਨਾਂ ਨੇ ਮਹਾਂਪੁਰਖ ਬਾਬਾ ਹਰਨਾਮ ਦਾਸ ਉਦਾਸੀ ਨੂੰ ਲਗਾ ਕਰਕੇ ਬਹੁਤ ਖੇਚਲਾ ਦੇ ਨਾਲ ਬਹੁਤ ਸੁਧਾਈ ਦੇ ਨਾਲ ਇਹ ਬੀੜ ਛੁਪਵਾਈ ਸੀ। ਸੰਤ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਕਾਂਛੀ ਤੋਂ ਆਏ ਨੇ, ਸੰਤ ਬਾਬਾ ਜਸਵਿੰਦਰ ਸਿੰਘ ਜੀ ਕਾਂਛੀ ਤੋਂ ਆਏ। ਹੈਰਾਨ ਹੋ ਗਏ ਕਿ ਇੰਨੀ ਬੀੜ ਸ਼ੁੱਧ ਕਿਤੇ ਨਹੀਂ ਦੇਖੀ। ਪਰ ਜੋ ਇਹ ਆਪਾਂ ਕਿਤੇ ਕਿਤੇ ਕੁਝ ਐਸਾ ਸੁਧਾਰਨ ਦਾ ਯਤਨ ਕਰਨਾ ਹੈ ਉਹ ਇਹ ਨਹੀਂ ਕਿ ਬਾਬਾ ਜੀ ਦੇ ਚਰਿੱਤਰ ਦੇ ਉੱਪਰ ਜਾਂ ਉਹਨਾਂ ਮਹਾਂਪੁਰਖਾਂ ਦੀ ਖੋਜ ਨੂੰ ਕੋਈ ਚੈਲੇਂਜ ਹੈ। ਇਹ ਗੁਰੂ ਖਾਲਸਾ ਜੀ ਪ੍ਰੈਸ ਦੀਆਂ ਗਲਤੀਆਂ ਹੁੰਦੀਆਂ ਨੇ, ਪ੍ਰੈਸ ਕਰਕੇ ਕਿਤੇ ਕਿਤੇ ਮਿਸ ਪ੍ਰਿੰਟਿੰਗ ਰਹਿ ਜਾਂਦੀ ਹੈ। ਉਸ ਮਿਸ ਪ੍ਰਿੰਟਿੰਗ ਨੂੰ ਸੁਧਾਰਨ ਵਾਸਤੇ ਐਸਾ ਉਪਰਾਲਾ ਕੀਤਾ ਗਿਆ ਹੈ। ਆਓ ਆਪ ਗੁਰੂ ਕੇ ਪੰਥ ਖਾਲਸੇ ਔਰ ਮਹਾਂਪੁਰਖ ਜਥੇਦਾਰ ਬਾਬਾ ਬਲਬੀਰ ਸਿੰਘ ਸਾਹਿਬ ਜੀ, ਜਥੇਦਾਰ ਬਾਬਾ ਅਵਤਾਰ ਸਿੰਘ ਸਾਹਿਬ ਜੀ, ਜਥੇਦਾਰ ਬਾਬਾ ਮੱਖਣ ਸਿੰਘ ਸਾਹਿਬ ਜੀ, ਬਾਬਾ ਗੱਜਣ ਸਿੰਘ ਸਾਹਿਬ ਜੀ, ਬਾਬਾ ਵਸਨ ਸਿੰਘ ਸਾਹਿਬ ਜੀ, ਬਾਬਾ ਤਰਸੇਮ ਸਿੰਘ ਸਾਹਿਬ ਜੀ, ਤਿਨ੍ਹਾਂ ਦੇ ਸਹਿਯੋਗ ਦੇ ਨਾਲ ਸਰਵਣ ਕਰ ਲਾਹੇ ਪ੍ਰਾਪਤ ਕਰੀਏ। ਸੋ ਹੁਣ ਮੂਲ ਪਾਠ ਹੋਵੇਗਾ ਜੀ, ਸ਼ੁਰੂ ਤੋਂ। ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਕਈ ਸਰੂਪਾਂ ਦੇ ਵਿੱਚ ਤੱਤੇ ਨੂੰ ਸਿਹਾਰੀ ਲਾ ਦਿੱਤੀ ਹੈ, ਪਰ ਜੋ ਪੁਰਾਤਨ ਸਰੂਪ ਹੈ ਤੋ ਮਹਾਂਪੁਰਖਾਂ ਵੱਲੋਂ ਪ੍ਰਿਆ ਲਿਖੇ ਨੇ ਉਹਨਾਂ ਦੇ ਉੱਪਰ ਇਹ ਸਿਹਾਰੀ ਹੈ ਨਹੀਂ ਹੈ। ਫੱਫਾ ਤੱਤਾ ਤੇ ਹਾਹਾ ਹੀ ਸ਼ੁੱਧ ਹੈ। ਇਸੇ ਪ੍ਰਕਾਰ ਤਿੰਨੇ ਮੁਕਤੇ ਰੱਖਣੇ ਨੇ, ਮਹਾਂਪੁਰਖਾਂ ਦੇ ਸ਼ੁੱਧ ਸਰੂਪ ਵਿੱਚ ਹੈ ਨਹੀਂ ਜੀ। ਸ੍ਰੀ ਭਵਾਨੀ ਜੀ ਸਹਾਇ। ਹਾਂਜੀ, ਇਸ ਦੇ ਸੰਬੰਧ ਵਿੱਚ ਵੀ ਇੱਕ ਬੇਨਤੀ ਹੈ। ਗੁਰੂ ਖਾਲਸਾ ਜੀ, ਕਈ ਸਨਾਤਨੀਆਂ ਨੇ ਵੱਖੋ ਵੱਖਰੇ ਨਾਮ ਕਲਪੇ ਹੁੰਦੇ ਨੇ, ਜਿਵੇਂ ਸਨਾਤਨੀ ਭਵਾਨੀ ਦਾ ਅਰਥ ਦੁਰਗਾ ਕਰਦੇ ਨੇ, ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭਵਾਨੀ ਭਗਵਤੀ ਦਾ ਅਰਥ ਕਿਰਪਾਨ ਕੀਤਾ। ਇਹ ਲਈ ਭਗਵਤੀ ਦੁਰਗ ਸਾਹ ਚੰਡੀ ਦੀ ਵਾਰ ਦੇ ਵਿੱਚੋਂ ਆਪਾਂ ਨੂੰ ਪ੍ਰਮਾਣ ਮਿਲਦਾ ਹੈ। ਇਸੇ ਤਰ੍ਹਾਂ ਕਈ ਇੱਥੇ ਚੱਕਰਿਤ ਹੋ ਜਾਂਦੇ ਨੇ, ਜਿਵੇਂ ਵੱਡੇ ਮਹਾਂਪੁਰਖ ਬਾਬਾ ਸੰਤਾ ਸਿੰਘ ਸਾਹਿਬ ਜੀ ਨੇ ਜਦੋਂ ਇਸ ਰੂਪ ਦੀ ਛੁਪਵਾਈ ਕਰਾਈ ਤਾਂ ਮਹਾਂਪੁਰਖ ਅਕਾਲੀ ਫੂਲਾ ਸਿੰਘ ਜੀ ਦੇ ਬੁਰਜ 'ਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਉਤਰੇ ਸਨ। ਇੱਕ ਡਾਕਟਰ ਨੇ ਆ ਕੇ ਮੰਗ ਕੀਤੀ ਕਿ ਆਪ ਜੀ ਨੇ ਸਰਬਲੋ ਪ੍ਰਕਾਸ਼ ਛੁਪਾਇਆ ਹੈ, ਤਾਂ ਉਹ ਬੜੀ ਭਾਵਨਾ ਦੇ ਨਾਲ ਲੈ ਕੇ ਗਿਆ। ਪਰ ਜਦੋਂ ਉਹਨੇ ਭਵਾਨੀ ਲਫ਼ਜ਼ ਵੇਖਿਆ ਤਾਂ ਉਹਨੇ ਉਸੇ ਤਰ੍ਹਾਂ ਹੀ ਬੰਦ ਕਰਕੇ ਰੱਖ ਲਿਆ। ਇਹ ਤਾਂ ਦੇਵੀਆਂ ਦੀ ਉਸਤਤ ਹੈ। ਔਰ ਇੱਕ ਸਾਲ ਬਾਅਦ ਫਿਰ ਮਹਾਂਪੁਰਖਾਂ ਦੇ ਕੋਲ ਆ ਗਿਆ ਅਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਜੀ ਇਹ ਤਾਂ ਦੁਰਗਾ ਦੀ ਉਸਤਤ ਹੈ। ਅਤੇ ਮਹਾਂਪੁਰਖਾਂ ਨੇ ਬੜੇ ਠਰੰਬੇ ਦੇ ਨਾਲ ਫਿਰ ਉਸ ਨੂੰ ਸਮਝਾਇਆ ਸੀ ਵੀ ਭਵਾਨੀ ਦਾ ਅਰਥ ਸਨਾਤਨੀ ਹੈ, ਭਾਵੇਂ ਦੁਰਗਾ ਕਰਦੇ ਨੇ, ਪਰ ਸਤਿਗੁਰੂ ਸਾਹਿਬ ਜੀ ਨੇ ਦਸਮ ਦੀ ਗੁਰਬਾਣੀ ਵਿੱਚ ਪ੍ਰਥਮ ਕਾਲ ਸਭ ਜਗ ਕੋ ਤਾਤਾ ਤਾਤੇ ਭਇਓ ਤੇਜ ਬਖਿਆਤਾ ਸੋਈ ਭਵਾਨੀ ਨਾਮ ਕਹਾਈ ਜਿਨ ਸਿਗਰੀ ਇਹ ਸ੍ਰਿਸ਼ਟ ਬਣਾਈ। ਸੰਸਾਰ ਨੂੰ ਰਚਣ ਵਾਲਾ ਜੋ ਵਾਹਿਗੁਰੂ ਦਾ ਸਰਗਣ ਸਰੂਪ ਹੈ ਉਹਦਾ ਨਾਮ ਭਵਾਨੀ ਹੈ। ਇਸ ਲਈ ਇਹ ਵਿਰਾਟ ਸਰੂਪ ਵਾਹਿਗੁਰੂ ਦਾ ਅਰਥ ਸਮਝਣਾ ਨਾ ਕਿ ਦੁਰਗਾ ਦਾ ਸਮਝਣਾ, ਇੱਥੇ ਕੋਈ ਸ਼ੰਕਾ ਨਹੀਂ ਆਪਣੇ ਮਨ ਵਿੱਚ ਰੱਖਣੀ ਜੀ।
ਸ੍ਰੀ ਭਵਾਨੀ ਜੀ ਸਹਾਏ, ਸ੍ਰੀ ਮਾਇਆ ਲਕਸ਼ਮੀ ਜੀ ਸਹਾਏ। ਹਾਂਜੀ, ਇਹ ਅਰਥ ਪਹਿਲਾਂ ਹੀ ਕਰ ਦਿੱਤਾ ਹੈ ਕਿ ਸ੍ਰੀ ਮਾਇਆ, ਇੱਥੇ ਕੋਈ ਮਾਇਆ ਦੀ ਉਸਤਤ ਨਹੀਂ ਹੈ, ਸ੍ਰੀ ਮਾਇਆ ਦੀ ਉਸਤਤ ਹੈ ਜੋ ਮਾਇਆ ਦਾ ਪਤੀ ਹੈ। ਜਿਵੇਂ ਅੰਮ੍ਰਿਤ ਸਵਈਆਂ ਵਿੱਚ ਸ੍ਰੀ ਪਤ ਲੱਭ ਜਾਂਦਾ ਹੈ ਕਿ ਮਾਇਆ ਦੇ ਪਤੀ ਦਾ, ਇਸ ਲਈ ਕਈ ਸ੍ਰੀ ਮਾਇਆ ਅਤੇ ਲਕਸ਼ਮੀ ਦੋ ਨਾਮ ਤਾਂ ਲਿਖੇ ਨੇ, ਜਿਹੜੇ ਗਿਆਨਵਾਨ ਨੇ ਉਹ ਮਾਇਆ ਦੀ ਪੂਜਾ ਕਰਦੇ ਨੇ ਦੀਵਾਲੀ 'ਤੇ, ਅਤੇ ਜਿਹੜੇ ਮੇਰੇ ਵਰਗੇ ਅਣਭੋਲ ਨੇ ਉਹ ਧਨ ਦੌਲਤ ਵਾਸਤੇ ਬੂਹੇ ਖੋਲ੍ਹੀ ਰੱਖਦੇ ਨੇ ਭਾਵੇਂ ਸਭ ਕੁਝ ਕੋਈ ਲੁੱਟ ਕੇ ਲੈ ਜਾਵੇ। ਸੋ ਗਰੀਬ ਨਿਵਾਜ ਨੇ ਗਿਆਨਵਾਨਾਂ ਨੂੰ ਸ੍ਰੀ ਮਾਇਆ ਅਤੇ ਅਣਭੋਲਾਂ ਵਾਸਤੇ ਸ੍ਰੀ ਲਕਸ਼ਮੀ ਪਦ ਰੱਖ ਦਿੱਤਾ। ਇਸ ਤਰ੍ਹਾਂ ਇਹ ਅਰਥ ਸਮਝ ਲੈਣਾ। ਔਰ ਦੂਸਰਾ, ਗੁਰੂ ਖਾਲਸਾ ਜੀ, ਇਹ ਲਕਸ਼ਮੀ ਦਾ ਅਰਥ ਵਿਦਵਾਨਾਂ ਅਨੁਸਾਰ ਚਿਦਾਵਾਸ ਵੀ ਹੈ, ਵਾਹਿਗੁਰੂ ਬ੍ਰਹਮ ਦਾ ਅਕਸ਼ ਵੀ ਹੈ, ਜੋ ਵਾਹਿਗੁਰੂ ਸਾਹਿਬ ਜੀ ਗੁਰੂ ਗਲਗੀਧਰ ਪਾਤਸ਼ਾਹ ਜੀ ਅੱਗੇ ਜਾ ਕਰਕੇ ਸਿੱਧ ਕਰਨਗੇ, ਸਤਿਗੁਰੂ ਸਾਹਿਬ ਜੀ ਅੱਗੇ ਜਾ ਕਰਕੇ ਦੱਸਣਗੇ। ਮਾਇਆ ਲਕਸ਼ਮੀ ਕੋ ਬਪ ਧਾਰ ਹਰ ਮਾਇਆ ਕਰ ਪ੍ਰਕਾਸ਼, ਉੱਥੇ ਜਾ ਕਰਕੇ ਵਿਖਿਆਨ ਕੀਤਾ ਜਾਵੇਗਾ ਜੀ। ਉਸਤਤ ਸ੍ਰੀ ਮਾਇਆ ਲਕਸ਼ਮੀ ਜੀ ਕੀ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ। ਹਾਂਜੀ, ਜਿਵੇਂ ਗਿਆਨੀ ਜੀ ਉਹਨਾਂ ਨੇ ਕੱਕੇ ਨੂੰ ਸਿਹਾਰੀ ਤੇ ਆੜਾ ਬੁਲਾਇਆ ਮੁੱਖ ਵਾਕ, ਇਸੇ ਤਰ੍ਹਾਂ ਉਚਾਰਨ ਕਰਨਾ ਕਿ ਇਹਨੂੰ ਮੁੱਖ ਵਾਕ ਹੀ ਪੜ ਜਾਂਦੇ ਨੇ, ਪਰ ਭਾਸ਼ਾ ਦੇ ਲਿਹਾਜ਼ ਨਾਲ ਮਹਾਂਪੁਰਖਾਂ ਨੇ ਪਿੱਛੇ ਜਈਆ ਵੀ ਲਗਾਇਆ ਏ, ਉਹ ਜਈਏ ਦਾ ਉਚਾਰਨ ਜ਼ਰੂਰ ਕਰਨਾ ਹੈ ਜੀ। ਹਾਂਜੀ, ਪਾਤਸ਼ਾਹੀ ਦਸਵੀਂ ਦੋਹੇਰਾ ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ, ਆਪਹ ਲਕਸ਼ਮੀ ਬਾਪ ਧਰੇ ਜੀਉ ਜੰਤ ਪ੍ਰਤਪਾਲ। ਹਾਂਜੀ, ਇੱਥੇ ਛਾਇਆ ਦਾ ਅਰਥ ਵੀ ਚਿਦਾਵਾਸ ਹੈ ਤੇ ਅੱਗੇ ਲਕਸ਼ਮੀ ਦਾ ਅਰਥ ਵੀ ਚਿਦਾਵਾਸ, ਇਸ ਤਰੀਕੇ ਦੇ ਨਾਲ ਇਹ ਸਮਝ ਲੈਣਾ ਜੀ। ਚੌਪਈ, ਹਾਂਜੀ, ਇਹ ਪੁਰਾਤਨ ਬੀੜ ਜੋ ਮਹਾਂਪੁਰਖਾਂ ਨੇ ਵੱਡੇ ਆਕਾਰ ਦੀ ਛਾਪੀ ਸੀ, ਜਿਹਦੇ ਉੱਪਰ ਮਹੰਤ ਜੀ ਸ਼ਿਵਾਇਮਾਨ ਨੇ ਤਾਬਿਆ ਵਿੱਚ, ਔਰ ਜੋ ਇਹ ਹੱਥ ਲਿਖਤਾਂ ਬੀੜਾਂ ਨੇ ਇਹਨਾਂ ਵਿੱਚ ਇਹ ਚੌਪਈ ਅੰਕਿਤ ਕੀਤੀ ਗਈ ਹੈ ਮਹਾਂਪੁਰਖਾਂ ਵੱਲੋਂ। ਸੋ ਇੱਥੇ ਕਈ ਖਤਾ ਖਾ ਜਾਂਦੇ ਨੇ ਵੀ ਇਹ ਦੋ ਪੰਕਤੀਆਂ ਨੇ ਅਤੇ ਚੌਪਈ ਕਿਵੇਂ ਬਣ ਗਈ। ਗੁਰੂ ਖਾਲਸਾ ਜੀ, ਇਹ ਦੋਹਰੇ ਦੀ ਚਾਲ ਨਹੀਂ ਹੈ, ਇਹ ਚਾਲ ਚੌਪਈ ਦੀ ਹੈ। ਔਰ ਅੱਗੇ ਰਹਾਓ ਲਿਖਿਆ ਹੁੰਦਾ ਹੈ, ਲਿਖਿਆ ਆ ਰਿਹਾ ਹੈ। ਚੌਪਈ ਵਿੱਚ ਚਾਰ ਤੁਕਾਂ ਹੁੰਦੀਆਂ ਨੇ ਅਤੇ ਰਹਾਓ ਦੀਆਂ ਦੋ ਤੁਕਾਂ ਹੀ ਲਿਖ ਦਿੱਤੀਆਂ ਨੇ, ਇਸ ਵਾਸਤੇ ਰਹਾਓ ਲਿਖਣੇ ਕਰਕੇ ਦੋ ਤੁਕਾਂ ਨੇ। ਔਰ ਚੌਪਈ ਪਾਠ ਜੋ ਵੱਡੇ ਸਰੂਪ ਵਿੱਚ ਲਿਖਿਆ ਹੈ ਉਹ ਬਿਲਕੁਲ ਠੀਕ ਹੈ ਜੀ। ਇੱਥੇ ਜਿਨ੍ਹਾਂ ਦੇ ਚੌਪਈ ਨਹੀਂ, ਚੌਪਈ ਲਿਖ ਲਓ। ਚੌਪਈ, ਸ੍ਰੀ ਮਾਇਆ ਮੁੱਖ ਕਰੋ ਉਚਾਰ, ਦਰਿਦਰ ਸਾਗਰ ਤੇ ਲੇ ਹੋ ਉਬਾਰ, ਰਹਾਓ ਦੋਹਰਾ ਆਦਿ ਭਵਾਨੀ ਈਸੁਰੀ, ਮਾਇਆ ਜਾ ਕੋ ਨਾਮ, ਇਨ ਬਿਨ ਸਰੈ ਨਾ ਏਕ ਛਿਨ, ਪੂਰਨ ਹੋਤ ਨਾ ਕਾਮ, ਸੁਖਦਾਇਕ ਮੰਗਲ ਕਰਨ, ਪ੍ਰਤਪਾਲੇ ਬਹੁ ਭਾਂਤ, ਸੁਬੁੱਧ ਦੈਨ ਜੈ ਜੈ ਕਰਨ, ਮਾਇਆ ਸ੍ਰੀ ਜਗ ਮਾਤ, ਵਿਸ਼ਨ ਪਾਦ ਸਾਰੰਗ ਛਪੈ। ਹਾਂਜੀ, ਇਸੇ ਤਰ੍ਹਾਂ ਹੀ ਉਚਾਰਨ ਹੈ ਜੀ। ਸਾਰੰਗ ਰਾਗ ਦਾ ਨਾਮ ਹੈ ਤੇ ਛਪੈ ਛੰਦ ਦਾ ਨਾਮ ਹੈ, ਜਿਵੇਂ ਗਿਆਨੀ ਜੀ ਉਹਨਾਂ ਨੇ ਠਰਮਾ ਦੇ ਕੇ ਪੜਿਆ ਏ, ਇਸੇ ਤਰ੍ਹਾਂ ਹੀ ਇਹਦਾ ਉਚਾਰਨ ਕਰਨਾ ਹੈ ਜੀ।
ਜਗ ਬੰਧਨ ਜਗਨਾਥ ਜਗਤ ਪਾਲਕ ਹਰ ਅੰਬੈ ਪ੍ਰਜਾਨਾਥ ਜਗਨਾਥ ਸੇਵ ਰੱਛਕ ਜਗਦੰਬੈ। ਹਾਂਜੀ ਨਾ ਜੀ, ਜਿਹੜੇ ਨਵੇਂ ਭਾਗ ਛਪੇ ਨੇ ਉਹਨਾਂ ਵਿੱਚ ਪ੍ਰੈਸ ਦੀ ਗਲਤੀ ਨਾਲ ਸ਼ੱਕ ਬਣਿਆ ਹੋਇਆ ਏ, ਉਹ ਛੱਛੇ ਦੇ ਉੱਪਰ ਜਿਹੜੀ ਅਧਿਕ ਹੈ ਉਹ ਰਾਰੇ ਦੇ ਉੱਪਰ ਕਰ ਲਓ। ਰਿਸ਼ੱਕ ਨਹੀਂ ਰੱਛਕ ਪਾਠ ਹੈ ਜੀ, ਮਹਾਂਪੁਰਖਾਂ ਦੇ ਕੀਤੇ ਹੋਏ ਸ਼ੁੱਧ ਸਰੂਪ ਵਿੱਚ ਵੀ ਤੇ ਹੱਥ ਲਿਖਤਾਂ ਵਿੱਚ ਵੀ ਪਾਠ ਹੀ ਰੱਛਕ ਹੀ ਆ ਰਿਹਾ ਹੈ ਜੀ। ਜਗ ਤਾਰਨ ਭੈ ਹਰਨ ਪ੍ਰਜਾਪਤ ਆਦਿ ਭਵਾਨੀ ਮਾਇਆ ਕੋ ਬਪ ਧਾਰ ਜਗਤ ਮਹਿ ਅਲਖ ਲਖਾਨੀ ਆਪਦ ਬਿਨਾਸਨ ਸੁਖ ਕਰਨ ਦਾਸ ਰੱਛਕ ਹਰ ਮਾਇਆ ਤੀਨ ਲੋਕ ਸਭ ਬਸ ਕਰਨ ਅਮਿਤ ਗਾਤ ਪ੍ਰਗਟ ਸੁਭਾਇਆ। ਇਹ ਬੱਬੇ ਭੁੰਬੇ ਨਾਲ ਸੰਬੰਧਕ ਪਾਠ ਕਰਨਾ, ਸੁਭਾਇਆ ਨਹੀਂ ਬੋਲਣਾ, ਸੁਭਾਇਆ ਪਾਠ ਕਰਨਾ ਭਾਈ। ਤੀਨ ਲੋਕ ਸਭ ਬਸ ਕਰਨ ਅਮਿਤ ਗਾਤ ਪ੍ਰਗਟ ਸੁਭਾਇਆ ਦੋਹਰਾ ਤੁਮ ਬਿਨ ਸਰੇ ਨਾ ਏਕ ਛਿਨ ਕਾਰਜ ਹੋਤ ਨਾ ਸਿੱਧ ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗ੍ਰਹਿ ਨਵ ਨਿਧ ਅਗਹਾ ਦਰਿਦਰ ਨਿਵਾਰਨੀ ਭਵਹਾ ਜਾ ਕੋ ਨਾਮ ਸਤ। ਹਾਂਜੀ ਪਾਠ ਅਗਹਾ ਕੱਠਾ ਨੀ, ਅਗਹਾ ਦਰਿਦਰ ਨਿਵਾਰਨੀ ਭਵਹਾ ਜਾ ਕੋ ਨਾਮ, ਇਹ ਹਾ ਦਾ ਜੋ ਸੰਬੰਧ ਹੈ ਇਹ ਨੇੜਲਾ ਸੰਬੰਧ ਹੈ, ਇਸ ਵਾਸਤੇ ਹਾ ਇਸ ਤਰ੍ਹਾਂ ਉਚਾਰਨ ਕੀਤਾ ਜਾਵੇਗਾ। ਫਾਰਸੀ ਵਿੱਚ ਹਾ ਬਹੁਤੇ ਨੂੰ ਕਹਿੰਦੇ ਨੇ, ਬਹੁਤੇ ਪਾਪਾਂ ਨੂੰ ਤੂੰ ਨਿਵਾਰਨ ਵਾਲੀ ਹੈ। ਬਾਕੀ ਮਹਾਂਪੁਰਖ ਬੈਠੇ ਨੇ ਇਹ ਸੰਸਕ੍ਰਿਤ ਦੇ ਲਿਹਾਜ਼ ਨਾਲ ਵੀ ਨਿਰਣਾ ਕਰ ਦਿੰਦੇ ਨੇ। ਅਗ ਹਾ ਦਾ ਅਰਥ ਖਾਲਸਾ ਜੀ, ਹਾ ਦਾ ਅਰਥ ਸੰਸਕ੍ਰਿਤ ਦੇ ਅਨੁਸਾਰ ਜਿਵੇਂ ਗਿਆਨੀ ਜੀ ਨੇ ਦੱਸਿਆ, ਹਾ ਦਾ ਅਰਥ ਹੈ ਨਾਸ ਕਰਨ ਵਾਲੀ। ਅੱਗ ਕਹਿੰਦੇ ਪਾਪ ਨੂੰ, ਜੋ ਪਾਪਾਂ ਨੂੰ ਨਾਸ ਕਰਨ ਵਾਲੀ ਹੈ। ਭਾਵ ਹਾ ਭਾਵ ਕਹਿੰਦੇ ਸੰਸਾਰ ਰੂਪੀ ਬੰਧਨ ਨੂੰ ਨਾਸ ਕਰਨ ਵਾਲੀ, ਇਸ ਕਰਕੇ ਫਾਰਸੀ ਅਨੁਸਾਰ ਔਰ ਸੰਸਕ੍ਰਿਤ ਅਨੁਸਾਰ ਦੋਨਾਂ ਅਨੁਸਾਰ ਹੀ ਭਾਵ ਹਾ ਅੱਗ ਹਾ ਇਹ ਨਾਲ ਹੀ ਇਕੱਠਾ ਕਰਕੇ ਉਚਾਰਨ ਹੋਵੇਗਾ ਜੀ। ਪਾਠ ਭਾਵੇਂ ਕੋਈ ਫਾਰਸੀ ਨਾ ਕਰ ਲਵੇ ਤੇ ਭਾਵੇਂ ਸੰਸਕ੍ਰਿਤ ਨਾ ਕਰ ਲਵੇ, ਹਾ ਦਾ ਉਚਾਰਨ ਜਿਹੜਾ ਇਹ ਥੋੜਾ ਵੱਖਰਾ ਹੀ ਹੋਵੇਗਾ ਜੀ। ਇਸੇ ਪ੍ਰਕਾਰ ਇਹ ਦਰਸ਼ਨ ਕਰ ਲੈਣਾ ਜੀ। ਇਹ ਨੇੜ ਦਾ ਸੰਬੰਧਕ ਪਾਠ ਹੈ, ਇੱਕ ਦੂਰ ਦਾ ਸੰਬੰਧਕ ਹੁੰਦਾ, ਇੱਕ ਨੇੜ ਦਾ। ਇਹ ਅੱਗ ਹਾ ਨੇੜ ਦਾ ਸੰਬੰਧਕ ਹੈ, ਜਿਵੇਂ ਕੋਈ ਆਪਣੀ ਮਾਤਾ ਦੇ ਪੇਟੋਂ ਆਪਣਾ ਭਰਾ ਸਕਾ, ਇੱਕ ਉਹ ਪੱਗ ਵੱਟ ਭਰਾ, ਉਹ ਵੀ ਭਰਾ ਹੀ ਆ, ਪਰ ਉਹ ਦੂਰ ਦਾ ਸੰਬੰਧਕ ਹੈ, ਉਹ ਨੇੜ ਦਾ ਸੰਬੰਧਕ ਹੁੰਦਾ। ਅਗਹਾ ਦਰਿਦਰ ਨਿਵਾਰਨੀ, ਅਗਹਾ ਦਰਿਦਰ ਨਿਵਾਰਨੀ ਭਵਹਾ ਜਾ ਕੋ ਨਾਮ ਸੱਤਰ ਘਾਤਨੀ ਅਮਿਤ ਗਾਤ ਮਿੱਤਰ ਪਾਲ ਸੁਖ ਧਾਮ। ਹਾਂਜੀ ਪਾਠ ਵੱਖਰਾ ਨਾ ਕਰ ਲਿਓ, ਅਗਹਾ ਪਾਠ ਇਕੱਠਾ ਹੀ ਹੈ, ਉਚਾਰਨ ਮਾਤਰੀ ਥੋੜਾ ਜਿਹਾ ਰੱਖਣਾ ਹੈ ਜੀ। ਮਨ ਬਾਂਸ਼ਤ ਫਲ ਦੇਤ ਹਾਰ ਭਗਤ ਆਪਣੋ ਜਾਨ ਭਗਤ ਆਪਣੋ ਜਾਨ ਸੁਜਸ ਦੇਤ ਮੰਗਲ ਕਰਨ। ਹਾਂਜੀ ਇਹ ਮੰਗਲ ਕਰਨ ਪਾਠ ਇਕੱਠਾ ਕਰ ਲਓ ਜੀ, ਖੁਸ਼ੀਆਂ ਨੂੰ ਕਰਨ ਵਾਲੀ ਇਹ ਪਾਠ ਵੱਖਰਾ ਹੋਵੇ ਤੇ ਇਕੱਠਾ ਕਰ ਲੈਣਾ ਜੀ। ਸੁਜਸ ਪਾਠ ਹੀ ਕਰਨਾ, ਸੁਜਸ ਨਹੀਂ ਬੋਲਣਾ। ਸੁਜਸ ਦੇਤ ਮੰਗਲ ਕਰਨ ਸਭ ਕੋ ਕਰ ਕਲਿਆਣ ਦੀਨ ਬੰਧ ਜਗ ਤਾਰਨੀ ਮਾਇਆ ਬਾਪ ਹਰ ਰਾਏ। ਹਾਂਜੀ ਹਰ ਰਾਏ ਪਾਠ ਵੀ ਇਕੱਠਾ ਕਰ ਲਓ ਜੀ। ਮਾਇਆ ਬਾਪ ਹਰ ਰਾਏ
ਜਵਾਲ ਵਿਸਾਲ ਮੁਖ ਤੇ ਜਵਲਿਤ, ਸੰਕਟ ਕਰੋ ਸਹਾਇ। ਮਹਿ ਪਾਲਨ ਜਗ ਮੰਡਨੀ, ਭਵ ਖੰਡਨ ਜਗ ਮਾਤ, ਅਚਲ ਸਵਰੂਪ ਅਨੂਪ ਗਾਤ। ਸਵਰੂਪ ਅਚਲ ਸਵਰੂਪ ਅਨੂਪ ਗਾਤ, ਮਾਇਆ ਸ੍ਰੀ ਜਗਨਾਥ, ਦਾਸ ਨਿਵਾਜਨ ਭਗਤ ਹਿਤ। ਹਾਂਜੀ, ਇਹ ਦਾਸ ਨਿਵਾਜਨ ਭਗਤ ਹਿਤ ਪਾਠ ਇਕੱਠੇ ਨੇ, ਉਚਾਰਨ ਮਾਤਰ ਹੀ ਹੈ ਜੀ। ਦਾਸ ਨਿਵਾਜਨ ਭਗਤ ਹਿਤ, ਸਿੱਖਿਅਨ ਕੇ ਪ੍ਰਤਪਾਲ, ਮੁਕਤ ਦੈਨ ਰੱਖਿਆ ਕਰਨ, ਮਾਇਆ ਸ੍ਰੀ ਗੋਪਾਲ, ਦਾਨ ਦੇਤ ਬਹੁ ਜਗਤ ਕੋ, ਪ੍ਰਤਪਾਲੇ ਬਹੁ ਭਾਂਤ, ਕਾਲ ਰਛ ਜਗ ਪਾਲਨੀ, ਵਿਦਨਾ ਸ੍ਰੀ ਪ੍ਰਭ ਨਾਥ, ਦਇਆ ਕਰਨ ਕਿਲ ਬਿਖ ਹਰਨ। ਹਾਂਜੀ, ਪਾਠ ਦਇਆ ਕਰਨ ਤੇ ਕਿਲ ਬਿਖ ਹਰਨ, ਇਹ ਪਾਠ ਇਕੱਠੇ ਹੀ ਹੈ ਜੀ ਦੋਨੋਂ। ਹਾਂਜੀ, ਦਾਨ ਦੇਣ ਬਹੁ ਜਗਤ ਕੋ ਪਾਠ ਹੈ ਜੀ, ਦੇਣ ਪਾਠ ਹੀ ਹੈ ਇੱਧਰ ਪਾਠ। ਹਾਂਜੀ, ਦਇਆ ਕਰਨ ਕਿਲ ਬਿਖ ਹਰਨ, ਮਾਇਆ ਅਸ਼ਾਲ ਸਰੂਪ, ਵਿਆਹ ਦੇ ਹਰਨ ਸੰਕਟ ਦਰਨ, ਖਲ ਖੰਡਨ ਜਗ ਭੂਪ, ਭਗਤ ਦਾਇਨੀ ਦਾਸ ਹਿਤ, ਰਛ ਕਰਨ ਸਭ ਜਾਨ, ਦੀਨ ਨਿਵਾਜਨ ਭੈ ਹਰਨ, ਕਰੁਣਾ ਨਿਧ ਭਗਵਾਨ, ਸਿੱਧ ਕਰਨ ਮੰਗਲ ਸਭਨ, ਵਿਆਪਕ ਸਕਲ ਸੰਸਾਰ। ਹਾਂਜੀ, ਇਹ ਸਿੱਧ ਕਰਨ ਪਾਠ ਜੋ ਹੈ ਨਾ, ਇਹ ਇਕੱਠਾ ਕਰ ਲਓ ਜੀ ਸਾਰਾ ਜੀ ਪਾਠ, ਇਸੇ ਤਰ੍ਹਾਂ ਹੀ ਹੈ ਜੀ। ਸਿੱਧ ਕਰਨ ਮੰਗਲ ਹਰਨ, ਸਿੱਧ ਕਰਨ ਮੰਗਲ ਸਭਨ, ਵਿਆਪਕ ਸਕਲ ਸੰਸਾਰ, ਚੌਰਾਸੀ ਜੋਇਨ ਕਟਤ, ਸਿਮਰਿਤ ਸ੍ਰੀ ਸੋ ਮੁਰਾਰ ਸੋਰਠਾ, ਧਨ ਦਾਇਕ ਦ੍ਰਭ ਦੇਨ। ਹਾਂਜੀ, ਇੱਥੇ ਪਾਠ ਨਾ ਜੀ, ਪੁਰਾਤਨ ਬੀੜਾਂ ਵਿੱਚ ਦਿਵਯ ਦੇਨ ਪਾਠ ਆਉਂਦਾ ਏ, ਆਪ ਧਨ ਨੂੰ ਵੀ ਦੇਣ ਵਾਲੇ ਹੋ ਤੇ ਆਪ ਜੀ ਦਿਵ ਦ੍ਰਿਸ਼ਟੀ ਨੂੰ ਵੀ ਦੇਣ ਵਾਲੇ ਹੋ, ਇਸ ਵਾਸਤੇ ਪਾਠ ਜਿਹੜਾ ਪੈਰ ਦਾ ਰਾਰਾ ਏ ਉਹਨੂੰ ਕੱਟ ਕੇ ਤੋਂ ਦੱਦੇ ਨੂੰ ਸਿਹਾਰੀ ਕਰ ਲਈ ਜਾਵੇ। ਧਨ ਦਾਇਕ ਦਿਵਯ ਦੇਨ, ਲੋਕ ਦੇ ਵਿੱਚ ਤੁਸੀਂ ਧਨ ਦੇਣ ਵਾਲੇ ਹੋ ਅਤੇ ਪ੍ਰਲੋਕ ਵਾਸਤੇ ਤੁਸੀਂ ਦਿਵ ਦ੍ਰਿਸ਼ਟੀ ਦੇਣ ਵਾਲੇ ਹੋ। ਇਹ ਪਾਠ ਠੀਕ ਹੈ ਜੀ, ਬਿਲਕੁਲ ਇਸੇ ਤਰ੍ਹਾਂ ਹੀ ਕਰ ਲਿਆ ਜਾਵੇ। ਦਿਵ ਦੇ ਧਨ ਦਾਇਕ ਦਿਵ ਦੇਣ, ਪ੍ਰਜਾ ਪਾਲਨੀ ਪ੍ਰਜਾਪਾਤ, ਪ੍ਰਜਾ ਪਾਲਨੀ ਪ੍ਰਜਾਪਾਤ, ਕੁਮਤ ਨਾਸ ਮਤ ਦੇਣ, ਅਮਿਤ ਤੇਜ ਅਮਿਤੋਜ ਗਾਤ। ਹਾਂ, ਅਮਿਤੋਜ ਗਾਤ ਇਸ ਤਰ੍ਹਾਂ ਉਚਾਰਨ ਕਰਨਾ ਹੈ। ਸੋ ਇਹ ਪਹਿਲੀ ਵਾਰ ਦਾ ਪਾਠ ਇੰਨਾ ਹੀ, ਬਾਅਦ ਵਿੱਚ ਆਪਾਂ ਫਿਰ ਪਾਠ ਨੂੰ ਵਿਚਾਰਾਂਗੇ। ਸੋਰਠਾ ਧਨ ਦਾਇਕ ਦਿਵਯ ਦੇਨ, ਪ੍ਰਜਾ ਪਾਲਨੀ ਪ੍ਰਜਾਪਤ, ਮਤ ਨਾਸ ਮਤ ਦੇਨ, ਅਮਿਤ ਤੇਜ ਅਮਿਤੋ ਜਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰਕ ਜਾਵੇ ਫਤਿਹ ਪਾਵੇ, ਸਤਿਗੁਰਾਂ ਨੂੰ ਭਾਵੇ। ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।